ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ। ਸੋ ਸਾਧ ਸੰਗਤ ਜੀ, ਜੋ ਵੀ ਵੀਰ ਭੈਣ ਇਸ ਚੈਨਲ 'ਤੇ ਨਵੇਂ ਹਨ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਜੀ। ਅਤੇ ਇੱਕ ਬੇਨਤੀ ਹੋਰ ਹੈ ਜੀ, ਸਾਖੀ ਨੂੰ ਪ੍ਰੇਮ ਦੇ ਨਾਲ ਅਤੇ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਸੋ ਸਾਧ ਸੰਗਤ ਜੀ, ਆਓ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਾਖੀ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ, ਲਾਹੌਰ ਅਤੇ ਪਹਾੜੀ ਰਾਜਿਆਂ ਨੇ ਸਿੱਧੇ ਹਮਲੇ ਤਾਂ ਆਨੰਦਪੁਰ 'ਤੇ ਕੁਝ ਚਿਰ ਲਈ ਬੰਦ ਕਰ ਦਿੱਤੇ, ਪਰ ਜੋ ਨਫ਼ਰਤ ਦਾ ਜਜ਼ਬਾ ਤੋਂ ਅਸਬੀਆਂ ਵਿੱਚ ਗੁਰੂ ਅਤੇ ਸਿੱਖਾਂ ਵਿਰੁੱਧ ਭਰਿਆ ਜਾ ਚੁੱਕਾ ਸੀ, ਉਹ ਨਿੱਤ ਨਵੇਂ ਬਖੇੜੇ ਪਾਉਂਦਾ ਹੀ ਰਹਿੰਦਾ ਸੀ। ਸਿੱਖ ਭਾਵੇਂ ਸ਼ਸਤਰਧਾਰੀ ਹੋ ਗਏ ਸਨ, ਪਰ ਫਿਰ ਵੀ ਬਹੁਤਿਆਂ ਨੇ ਹਥਿਆਰ ਧਾਰਨ ਨਹੀਂ ਕੀਤੇ ਸਨ। ਵਿਸਾਖੀ ਨੂੰ ਜਦ ਸਿੱਖ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਨੂੰ ਆਉਂਦੇ ਤਾਂ ਉਹਨਾਂ ਪਾਸ ਸਾਲ ਭਰ ਦੀ ਇਕੱਠੀ ਕੀਤੀ ਦਸਵੰਧ ਦੀ ਰਕਮ ਅਤੇ ਹੋਰ ਕੀਮਤੀ ਭੇਟਾਵਾਂ ਹੁੰਦੀਆਂ ਸਨ। ਹੁਸ਼ਿਆਰਪੁਰ ਰੰਗੜਾ ਦਾ ਇਲਾਕਾ ਸੀ। ਰੰਗੜਾ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਨੇ ਵੀ ਰਾਹਾਂ ਤੋਂ ਆਪਣੀਆਂ ਫੌਜਾਂ ਹਟਾ ਲਈਆਂ ਹਨ। ਉਹਨਾਂ ਮੌਕਾ ਚੰਗਾ ਜਾਣ ਹਮਲਾ ਬੋਲ ਦਿੱਤਾ। ਜਦ ਗੁਰੂ ਜੀ ਨੂੰ ਇਸ ਘਟਨਾ ਦੀ ਖਬਰ ਪੁੱਜੀ ਤਾਂ ਉਸ ਸਮੇਂ 94 ਜਰਨੈਲ ਭੇਜੇ। ਸੰਗਤ ਜੀ, ਜਿਨ੍ਹਾਂ ਰੰਗੜਾ ਨੇ ਅੱਤਿਆਚਾਰ ਕੀਤੇ ਸਨ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ ਸਾਰਾ ਮਾਲ ਅਸਬਾਬ ਵਾਪਸ ਲਿਆਂਦਾ। ਮਾਲ ਅਸਬਾਬ ਨਾਲ ਹੀ ਸਿੱਖ ਫੌਜਾਂ ਨੇ ਰੰਗੜਾ ਦੀ ਇੱਕ ਲੜਕੀ ਵੀ ਚੁੱਕ ਲਿਆਂਦੀ। ਗੁਰੂ ਜੀ ਨੇ ਜਦ ਉਸ ਲੜਕੀ ਨੂੰ ਬੰਦੀ ਵਿੱਚ ਦੇਖਿਆ ਤਾਂ ਬਹੁਤ ਹੀ ਗੁੱਸੇ ਹੋਏ, ਤਾਂ ਐਸਾ ਕਰਨ ਤੋਂ ਵਰਜਿਆ ਅਤੇ ਸਨਮਾਨ ਨਾਲ ਲੜਕੀ ਨੂੰ ਉਸ ਦੇ ਘਰ ਪਹੁੰਚਾਉਣ ਲਈ ਹੁਕਮ ਦਿੱਤਾ। ਸਿੱਖ ਫੌਜਾਂ ਨੇ ਇਹ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹਨਾਂ ਨੂੰ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ ਨੀਤੀ ਵੀ ਹੈ, ਚਾਣਕ ਨੀਤੀ ਵੀ ਇਹੀ ਹੈ। ਇਹ ਵਿਚਾਰਾਂ ਸੁਣ ਦਸ਼ਮੇਸ਼ ਪਿਤਾ ਨੇ ਕਿਹਾ ਕਿ ਮੈਂ ਤਾਂ ਐਸੇ ਸਿੱਖ ਬਣਾਉਣੇ ਹਨ ਜੋ ਜੰਗ ਯੁੱਧਾਂ ਵਿੱਚ ਵੀ ਆਪਣਾ ਆਚਰਣ ਕਾਇਮ ਰੱਖਣ, ਹਰ ਵੇਲੇ ਉਹ ਆਚਰਣ ਦੀ ਮੂਰਤ ਦਿਸਣ। ਸੰਗਤ ਜੀ, ਗੁਰੂ ਜੀ ਕਰਮ ਉਪਦੇਸ਼ ਸਿੱਖਾਂ ਨੂੰ ਦ੍ਰਿੜ ਕਰਾ ਰਹੇ ਸਨ, ਜਿਨ੍ਹਾਂ ਦੁਆਰਾ ਉਹਨਾਂ ਵਿੱਚ ਆਤਮ ਨਿਰਭਰਤਾ, ਸੁਤੰਤਰਤਾ ਅਤੇ ਆਚਰਣ ਪਰਪੱਖ ਹੋਵੇ, ਸਿੱਖੀ ਕਿਸੇ ਦੀ ਮੁਹਤਾਜ ਨਾ ਰਹੇ ਅਤੇ ਸਿੱਖ ਧਾਰਮਿਕ ਤੌਰ 'ਤੇ ਸੁਤੰਤਰ ਹੋਵੇ ਅਤੇ ਰਾਜਨੀਤਿਕ ਤੌਰ 'ਤੇ ਆਜ਼ਾਦ। ਸਾਧ ਸੰਗਤ ਜੀ, ਇੱਕ ਵਾਰੀ ਇੱਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਹ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰਦਾ ਸੀ ਅਤੇ 24ਵੀਂ ਅਸ਼ਟਪਦੀ ਰਹਿੰਦੀ ਸੀ ਕਿ ਰਬਾਬੀ ਨੇ ਆ ਕੇ ਦੋ ਤਾਰਾ ਖੜਕਾਇਆ। ਸੋ ਰਬਾਬੀਆਂ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਮਹਾਰਾਜ ਨੇ ਕਿਹਾ
ਕਿ ਇਸ ਤਰ੍ਹਾਂ ਰਬਾਬੀਆਂ ਦਾ ਕੋਈ ਕਸੂਰ ਨਹੀਂ ਬਣਦਾ। ਤੂੰ ਸੰਗਤ ਕੋ ਚਾਬ ਚਬਾਈਦਾ ਸੈ ਅਤੇ ਰਬਾਬੀ ਸੰਗਤ ਕੋ ਪ੍ਰਸ਼ਾਦੀਆਂ ਲੱਗੇ ਛਕਵਾਉਣ। ਇਹ ਉਚਾਰ ਕੀਰਤਨ ਦੀ ਮਹੱਤਤਾ ਦ੍ਰਿੜਾ ਦਿੱਤੀ। ਆਸਾਂ ਦੀ ਵਾਰ ਨੂੰ ਪਾਤਸ਼ਾਹ ਝੂਠ ਕਪਟ ਫਰੇਬ ਬਨਾਵਟ ਅਤੇ ਗਰਾਓ ਦੇ ਰੋਗਾਂ ਦਾ ਦਾਰੂ ਕਹਿੰਦੇ ਸਨ। ਸਾਧ ਸੰਗਤ ਜੀ ਗੋਲਕ ਦੀ ਭੇਟਾ ਨੂੰ ਬੇਖ ਸਮਾਨ ਦਰਸਾਉਣ ਲਈ ਇੱਕ ਵਾਰੀ ਸਾਰਾ ਖਜ਼ਾਨਾ ਹੀ ਦਰਿਆ ਸਤਲੁਜ ਵਿੱਚ ਸੁਟਵਾ ਦਿੱਤਾ ਅਤੇ ਕੀਮਤੀ ਬਸਤਰਾਂ ਨੂੰ ਅੱਗ ਲਗਵਾ ਦਿੱਤੀ। ਜਦ ਸਿੱਖਾਂ ਪੁੱਛਿਆ ਮਹਾਰਾਜ ਐਸਾ ਕਿਉਂ ਕੀਤਾ ਤਾਂ ਮਹਾਰਾਜ ਜੀ ਨੇ ਫਰਮਾਇਆ, ਮਾਇਆ ਤਾਂ ਸਾਰੀ ਹੀ ਬਿਖ ਰੂਪ ਹੈ, ਪਰ ਇਹ ਗੋਲਕ ਦੀ ਮਾਇਆ ਪਰਮ ਬਿਖ ਹੈ। ਗੁਰੂ ਕੀ ਕੌਡੀ ਸਿੱਖ ਕੋ ਬਿਖ ਹੈ, ਪਰ ਸਿੱਖ ਨਹੀਂ ਜਾਣਦੇ। ਮੈਨੂੰ ਪਤਾ ਹੈ, ਜਿਵੇਂ ਕਿਸੇ ਦਾ ਦੁੱਧ ਕਾਲਾ ਸਰਫ ਜੂਠਾ ਕਰ ਜਾਏ ਅਤੇ ਬੱਚਾ ਉਸੇ ਦੁੱਧ ਲਈ ਰੋਵੇ ਤੜਫੇ ਤਾਂ ਵੀ ਮਾਂ ਨਹੀਂ ਦਿੰਦੀ, ਕਿਉਂਕਿ ਮਾਂ ਨੂੰ ਬੱਚਾ ਪਿਆਰਾ ਹੈ। ਇਸੇ ਤਰ੍ਹਾਂ ਸਿੱਖ ਮੈਨੂੰ ਬਹੁਤ ਪਿਆਰੇ ਹਨ। ਇਹ ਪੂਜਾ ਕੀ ਕੌਡੀ ਕਿਸੇ ਕਾਰਨ ਇਹਨਾਂ ਨੂੰ ਨਹੀਂ ਦਿੰਦਾ। ਇੱਕ ਸਿੱਖ ਨੇ ਹੱਥ ਜੋੜ ਬੇਨਤੀ ਕੀਤੀ, ਮਹਾਰਾਜ ਸਾਡੇ ਮਨ ਸ਼ੰਕਾ ਹੈ, ਤੁਸੀਂ ਇਹ ਭੇਟਾ ਫਿਰ ਲੈਂਦੇ ਕਿਉਂ ਹੋ? ਦਸਮ ਪਿਤਾ ਬਹੁਤ ਪ੍ਰਸੰਨ ਹੋਏ ਕਿ ਇਹ ਪ੍ਰਸ਼ਨ ਪੁੱਛਿਆ ਗਿਆ ਹੈ। ਆਪ ਨੇ ਫਰਮਾਇਆ, ਇੱਕ ਦਾਨ ਲੇਵਨਾ ਹੈ, ਦੂਸਰਾ ਅਮਾਨਤ ਕਾ ਲੇਵਨਾ ਹੈ। ਜੋ ਕਿਸੇ ਕੀ ਅਮਾਨਤ ਰੱਖਦਾ ਹੈ ਉਹ ਵੀ ਲੈਂਦਾ ਹੀ ਦਿਸਦਾ ਹੈ, ਉਹ ਲੇਵਦਾ ਨਹੀਂ ਸਗੋਂ ਅਮਾਨਤ ਰੱਖ ਕੇ ਪਰ ਉਪਕਾਰ ਕਰਦਾ ਹੈ। ਅਸੀਂ ਇਹ ਭੇਟਾ ਅਮਾਨਤ ਰੂਪ ਵਿੱਚ ਰੱਖਦੇ ਅਤੇ ਵਰਤਦੇ ਹਾਂ। ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਕੋਲੋਂ ਸੰਗਤਾਂ ਨੇ ਪ੍ਰਭੂ ਮਿਲਾਪ ਦਾ ਰਾਹ ਪੁੱਛਿਆ ਤਾਂ ਦੀਨ ਬੰਧੂ ਨੇ ਕਿਹਾ, ਮਿਲਾਪ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਸਾਨੂੰ ਮੰਗਣ ਦੀ ਜਾਚ ਨਹੀਂ। ਮੰਗ ਧਰਮ ਧਾਰੋ, ਮੰਗਣ ਵਾਲਾ ਕਾਹਲਾ ਨਾ ਪਵੇ, ਨਿਰਾਸ਼ ਨਾ ਹੋਵੇ, ਉਸ ਦੀ ਬਖਸ਼ਿਸ਼ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ। ਮਾਣ ਨਹੀਂ ਕਰਨਾ ਅਤੇ ਦਾਵਾ ਵੀ ਨਹੀਂ ਬੰਨਣਾ, ਉਸਨੇ ਤੁਰਠ ਦੇ ਦੇਣਾ ਹੈ। ਹਿਕਮਤ ਨਾ ਝਾੜੇ ਅਤੇ ਸਿਦਕ ਰੱਖੇ ਕਿ ਉਸ ਦਾ ਦਰ ਖੁੱਲ੍ਹਣ ਹੀ ਵਾਲਾ ਹੈ। ਲੇਖੇ ਅਤੇ ਪੜਚੋਲਾਂ ਵਾਲੀਆਂ ਸਮਝਾਂ ਅਨੰਤ ਖੁਸ਼ੀਆਂ ਨਹੀਂ ਮਾਣ ਸਕਦੀਆਂ। ਇਸੇ ਕਾਰਨ ਵੈਰਾਗੀ ਲੋਕਾਂ ਵਿੱਚ ਰਸ ਨਹੀਂ ਰਹਿੰਦਾ, ਗੁਸੈਲ ਹੋ ਜਾਂਦੇ ਹਨ ਅਤੇ ਪਰਮੇਸ਼ਵਰ ਨੂੰ ਭੁੱਲਣ ਵਾਲਿਆਂ ਵਿੱਚ ਖੁਦਗਰਜੀ ਘਰ ਬਣਾ ਲੈਂਦੀ ਹੈ। ਜਿਨ੍ਹਾਂ ਨੇ ਪ੍ਰਭੂ ਨੂੰ ਕਰਨਹਾਰ ਜਾਣਿਆ ਹੈ ਉਹਨਾਂ ਦੇ ਪਰਉਪਕਾਰ ਵਿੱਚ ਹੰਕਾਰ ਦਾ ਅੰਸ਼ ਨਹੀਂ ਹੁੰਦਾ, ਨਿਰਾ ਪਰਉਪਕਾਰ ਵੀ ਖੰਡਾਓ ਵਿੱਚ ਲੈ ਜਾਂਦਾ ਹੈ। ਸਾਧ ਸੰਗਤ ਜੀ, ਸ਼ਕਤੀ ਨਾਲੋਂ ਭਗਤੀ ਦੀ ਮਹੱਤਤਾ ਦੜਾਉਣ ਲਈ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਵਿੱਚ ਪ੍ਰਸ਼ਨ ਕੀਤਾ ਕਿ ਹੈ ਕੋਈ ਜੋ ਇਹ ਦੱਸ ਸਕੇ ਕਿ ਕਬੀਰ ਜੀ ਵੇਲੇ ਹਿੰਦੁਸਤਾਨ ਦਾ ਕੌਣ ਬਾਦਸ਼ਾਹ ਸੀ? ਜਦ ਸਾਰੇ ਚੁੱਪ ਹੋ ਗਏ ਤਾਂ ਮਹਾਰਾਜ ਨੇ ਕਿਹਾ, ਦੇਖੋ ਜਿਸ ਪਾਸ ਅਨੇਕਾਂ ਹਾਥੀ ਘੋੜ ਸਵਾਰ ਸਨ ਅਤੇ ਜਿਸ ਦਾ ਸਿੱਕਾ
ਨਰਮਦਾ ਤੋਂ ਲੈ ਕੇ ਕਾਬਲ ਤੱਕ ਚੱਲਦਾ ਸੀ, ਉਹਨਾਂ ਦੇ ਨਾਂ ਨੂੰ ਕੋਈ ਨਹੀਂ ਜਾਣਦਾ। ਪਰ ਜਿਸ ਪਾਸ ਪੱਕੀ ਕੁੱਲੀ ਵੀ ਨਹੀਂ ਸੀ, ਉਸ ਨੂੰ ਸਿਰਫ ਸਾਰੇ ਜਾਣਦੇ ਹੀ ਨਹੀਂ ਸਗੋਂ ਆਦਰ ਵੀ ਕਰਦੇ ਹਨ ਅਤੇ ਉਸ ਦੇ ਸ਼ਬਦਾਂ ਅੱਗੇ ਸਿਰ ਵੀ ਝੁਕਾਉਂਦੇ ਹਨ। ਇਸੇ ਤਰ੍ਹਾਂ ਜਦ ਇੱਕ ਵਾਰੀ ਰਬਾਬੀਆਂ ਨੇ ਗੋਪੀ ਚੰਦ ਦੀ ਵਾਰਤਾ ਗਾਈ ਤਾਂ ਵਿੱਚੋਂ ਹੀ ਕਿਸੇ ਨੇ ਟੋਕ ਦਿੱਤਾ ਕਿ ਕੀ ਝਗੜਾ ਲੈ ਬੈਠੇ ਹੋ। ਮਹਾਰਾਜ ਸੁਣਦੇ ਪਏ ਸਨ ਅਤੇ ਉਹਨਾਂ ਉਸ ਟੋਕਣ ਵਾਲੇ ਸਿੱਖ ਨੂੰ ਕੋਲ ਬੁਲਾ ਕੇ ਕਿਹਾ, ਤੁਹਾਨੂੰ ਅਜੇ ਇੱਥੇ ਆਇਆਂ ਨੂੰ ਕੁਝ ਹੀ ਦੇਣ ਹੋਏ ਹਨ ਅਤੇ ਘਰ ਦੀ ਯਾਦ ਸਤਾ ਰਹੀ ਹੈ। ਉਸ ਗੋਪੀ ਚੰਦ ਵੱਲ ਦੇਖੋ ਜੋ ਸਭ ਕੁਝ ਤਿਆਗ ਚਲਾ ਗਿਆ ਪਰ ਪਿੱਛੇ ਨਾ ਦੇਖਿਆ। ਫਿਰ ਫਰਮਾਇਆ, ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਸਚਿਆਰ ਪੁਰਖ ਸਭ ਹੀ ਪਰਮੇਸ਼ਰ ਰੂਪ ਹਨ, ਇਹਨਾਂ ਦੀ ਵਾਰਤਾ ਕਰਨ ਦਾ ਕੋਈ ਹਰਜ ਨਹੀਂ। ਕਿਤਨੇ ਉਧਾਰ ਚਿੱਤ ਸਨ ਕਲਗੀਆਂ ਵਾਲੇ। ਆ ਸੰਗਤ ਜੀ, ਹਰ ਇੱਕ ਸਿੱਖ ਦੀ ਆਚਰਣ ਉਸਾਰੀ ਵੱਲ ਗੁਰੂ ਜੀ ਕਿਤਨਾ ਧਿਆਨ ਦਿੰਦੇ ਸਨ। ਉਸ ਦੀ ਵੀ ਇੱਕ ਵਾਰਤਾ ਹੈ। ਇੱਕ ਸਿੱਖ ਨੇ ਕਿਸੇ ਕੋਲੋਂ ਲੋੜ ਪੈਣ 'ਤੇ ਉਧਾਰ ਲਿਆ, ਪਰ ਜਦ ਉਸ ਕੋਲੋਂ ਮੰਗਿਆ ਗਿਆ ਤਾਂ ਉਸ ਨਾਂ ਨੁੱਕਰ ਕੀਤੀ। ਦੇਣ ਵਾਲੇ ਨੇ ਕਿਹਾ, ਇੱਥੇ ਨਹੀਂ ਦੇਵੇਂਗਾ ਤਾਂ ਦਰਗਾਹ ਲੈ ਲਵਾਂਗਾ। ਸਿੱਖ ਨੇ ਅੱਗੋਂ ਕਹਿ ਦਿੱਤਾ, ਲੇਖਾ ਕੋਈ ਨਾ ਪੁੱਛਈ ਜਾਂ ਗੁਰਬਖਸ਼ੰਦਾ। ਗੁਰੂ ਜੀ ਇਹ ਸਭ ਸੁਣ ਰਹੇ ਸਨ ਅਤੇ ਉਸੇ ਵੇਲੇ ਉੱਚੀ ਆਵਾਜ਼ ਨਾਲ ਕਿਹਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਨਾ ਭਰੇ ਜਾਂ ਮੁਰਦਾਰ ਨਾ ਖਾਏ। ਅਤੇ ਫਿਰ ਸਿੱਖ ਨੂੰ ਕੋਲ ਬੁਲਾ ਕੇ ਸਮਝਾਉਣ ਲੱਗੇ, ਸਿੱਖ ਦਾ ਹੱਕ ਤਲੇ ਮਾਰਿਆ ਹਈ ਅਤੇ ਆਸਾਂ ਬਖਸ਼ੀਵਣ ਦੀ ਰੱਖਦਾ ਹੈ। ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ, ਇਹ ਤੇਰੇ ਘਰ ਹੋਵੇਗਾ, ਗੁਰੂ ਘਰ ਨਹੀਂ। ਸਾਧ ਸੰਗਤ ਜੀ, ਇੱਕ ਦਿਨ ਫਿਰ ਭਰੀ ਸੰਗਤ ਕੋਲੋਂ ਗੁਰੂ ਪਾਤਸ਼ਾਹ ਨੇ ਪੁੱਛਿਆ ਕਿ ਧਰਤੀ ਨੂੰ ਕੌਣ ਉਠਾਈ ਅਤੇ ਚਲਾਈ ਜਾ ਰਿਹਾ ਹੈ। ਸੰਗਤਾਂ ਬੇਨਤੀ ਕੀਤੀ ਕਿ ਤੁਸੀਂ ਹੀ ਕਿਰਪਾ ਕਰਕੇ ਦੱਸੋ। ਤਾਂ ਆਪ ਜੀ ਨੇ ਫਰਮਾਇਆ, ਬ੍ਰਹਿਮੰਡ ਸਭ ਸੱਚ 'ਤੇ ਆਸਰੇ ਖੜਾ ਹੈ। ਇਹ ਜੋ ਕੂੜ ਵੀ ਚੱਲ ਰਿਹਾ ਹੈ ਇਹ ਵੀ ਸੱਚ ਦੇ ਆਸਰੇ ਹੀ ਹੈ, ਜਿਵੇਂ ਕਾਠ ਸੰਗ ਲੋਹਾ ਵੀ ਤਰ ਜਾਂਦਾ ਹੈ। ਇੱਕ ਵਾਰੀ ਇੱਕ ਰਬਾਬੀਆਂ ਬਹੁਤ ਸੋਹਣਾ ਕੀਰਤਨ ਕੀਤਾ ਅਤੇ ਸੰਗਤਾਂ ਨੇ ਵਾਹ ਵਾਹ ਕੀਤੀ, ਪਰ ਗੁਰੂ ਜੀ ਕੁਝ ਨਾ ਬੋਲੇ। ਜਦ ਸੰਗਤਾਂ ਨੇ ਫਿਰ ਰਬਾਬੀਆਂ ਦੀ ਰੱਜ ਕੇ ਸਿਫਤ ਕੀਤੀ ਤਾਂ ਆਪ ਜੀ ਨੇ ਫਰਮਾਇਆ, ਸ਼ਬਦ ਤਾਂ ਇੰਨਾ ਭਲਾ ਪੜਿਆ ਹੈ ਪਰ ਕਹੀ ਇੰਨਾ ਪਾਸ ਹੀ ਹੈ। ਸਿੱਖਾਂ ਇਸ ਦੇ ਅਰਥ ਪੁੱਛੇ ਤਾਂ ਕਹਿਣ ਲੱਗੇ ਕਿ ਇੱਕ ਵਾਰੀ ਪਿੰਡ ਵਿੱਚ ਕਿਸੇ ਦੀ ਕਹੀ ਗੁੰਮ ਹੋ ਗਈ। ਉਸ ਢੰਡੋਰੇ ਵਾਲੇ ਨੂੰ ਰੁਪਇਆ ਦਿੱਤਾ ਕਿ ਪਿੰਡ ਢੰਡੋਰਾ ਦੇ ਦੇਵੇ ਤਾਂ ਕਿ ਕਹੀ ਮਿਲ ਜਾਵੇ। ਕਹੀ ਫਿਰ ਵੀ ਨਾ ਮਿਲੀ। ਕਿਸੇ ਕਿਹਾ ਕਿ ਢੰਡੋਰ ਜੀ ਦਾ ਘਰ ਹੀ ਵੇਖਿਆ ਜਾਏ, ਤਾਂ ਦੇਖਿਆ ਤਾਂ ਕਹੀ ਉੱਥੇ ਹੀ ਮਿਲੀ। ਇਹ ਹੀ ਅਵਸਥਾ ਰਬਾਬੀਆਂ ਦੀ ਹੈ। ਆਪ ਮਾਇਆ ਦੀ ਨਿਖੇਧੀ
ਲੋਕਾਂ ਨੂੰ ਕਹਿ ਸੁਣਾਉਂਦੇ ਹਨ ਅਤੇ ਆਪੂ ਲੋਕਾਂ ਕੋਲੋਂ ਵਧੀਕ ਮਾਇਆ ਦੇ ਚਾਹਵਾਨ ਹਨ, ਤਾਂ ਕਿ ਕਹੀ ਇਹਨਾਂ ਦੇ ਹੀ ਘਰ ਹੈ। ਗੁਰਬਾਣੀ ਨੂੰ ਸ਼ੁੱਧ ਪੜ੍ਹਨ ਲਈ ਵੀ ਪ੍ਰੇਰਦੀ, ਲਗਾਂ ਮਾਤਰਾਂ ਘੱਟ ਵੱਧ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਅਤੇ ਕਈ ਵਾਰੀ ਤਾੜਨਾ ਵੀ ਕਰਦੀ। ਭਾਈ ਗੋਹਰ ਜੀ ਇਤਨਾ ਸ਼ੁੱਧ ਪਾਠ ਕਰਦੇ ਸਨ, ਸਭ ਕੀਲੇ ਜਾਂਦੇ ਸਨ। ਗੱਜੀ ਲੰਗਰ ਦੀ ਮਹਾਨਤਾ ਦਰਾਉਣ ਲਈ ਆਪੂ ਇੱਕ ਦਿਨ ਗੁਰੂ ਜੀ ਅਭਿਆਗਤ ਬਣ ਕੇ ਕਈ ਲੰਗਰਾਂ 'ਤੇ ਗਏ। ਕਈਆਂ ਨੇ ਪ੍ਰਸ਼ਾਦ ਤੱਕ ਨਾ ਦਿੱਤਾ, ਪਰ ਭਾਈ ਨੰਦ ਲਾਲ ਜੀ ਨੇ ਜੋ ਤਿਆਰ ਕੀਤਾ ਸੀ ਆਦਰ ਨਾਲ ਭੇਟ ਕੀਤਾ। ਅਗਲੇ ਦਿਨ ਜਦ ਹਰ ਕੋਈ ਆਪਣੇ ਲੰਗਰ ਦੀ ਆਪੇ ਹੀ ਉਪਮਾ ਕਰਨ ਲੱਗਾ ਤਾਂ ਗੁਰੂ ਜੀ ਨੇ ਫਰਮਾਇਆ, ਦਰਾਏ ਨੂੰ ਆਦਰ ਦੇਣਾ ਜ਼ਰੂਰੀ ਹੈ। ਇਸ ਕਸਵੱਟੀ 'ਤੇ ਭਾਈ ਨੰਦ ਲਾਲ ਜੀ ਹੀ ਪੂਰਾ ਉਤਰਿਆ ਹੈ। ਸਭ ਦਾਨਨ ਅਤੇ ਉੱਤਮ ਦਾਨ ਜਿਸ ਕੇ ਦੀਏ ਬਚਤ ਹੈ ਪ੍ਰਾਣ, ਕੇਸਾਂ ਦਾ ਸਤਿਕਾਰ ਅਤੇ ਸੰਭਾਲ ਦੇ ਹੁਕਮ ਵੀ ਕਰਦੇ ਰਹਿੰਦੇ ਸਨ। ਇੱਕ ਦਿਨ ਭਰੇ ਦਰਬਾਰ ਪੁੱਛਿਆ ਕਿ ਕੋਈ ਐਸੀ ਔਰਤ ਵੀ ਹੈ ਜਿਸ ਨੇ ਆਪਣੇ ਪਤੀ ਦਾ ਕਦੇ ਮੂੰਹ ਨਾ ਫਿਟਕਾਰਿਆ ਹੋਵੇ। ਸਭ ਪਾਸੇ ਹੀ ਚੁੱਪ ਛਾ ਗਈ, ਪਰ ਆਗਰੇ ਤੋਂ ਆਈ ਮਾਈ ਨੇ ਕਿਹਾ, ਮਹਾਰਾਜ ਆਪ ਦੀ ਕਿਰਪਾ ਨਾਲ ਮੇਰੇ 'ਤੇ ਇਹ ਨੇਮ ਨਿਭਿਆ ਹੈ। ਮਾਈ ਭਾਗਣ ਨੇ ਇਹ ਦੱਸਿਆ ਕਿ ਉਸ ਨੂੰ ਇਹ ਸੋਝੀ ਕੇਸਾਂ ਅਤੇ ਸਤਿਕਾਰ ਤੋਂ ਹੀ ਆਈ ਹੈ। ਮਹਾਰਾਜ ਨੇ ਵੀ ਬਚਨ ਕੀਤਾ, ਦਾਹੜੀ ਬੰਦਗੀ ਐਨ ਖੁਦਾਏ ਦੀਦਾਰ ਸ਼ੁਮਾਰੇ, ਬਗੈਰ ਦਾਹੜੀ ਸ਼ੈਤਾਨ ਬੇਸਾਹਸ ਨਾ ਕਰਦ ਮਾਹੇ। ਇਸੇ ਤਰ੍ਹਾਂ ਇੱਕ ਵਾਰੀ ਜਦ ਭਾਈ ਕਾਹਾਂ ਸਿੰਘ ਜੀ ਦੇ ਦੀਵਾਰ ਪੋਚਦੇ ਕੁਝ ਛਿੱਟੇ ਕੋਲੋਂ ਲੰਘਦੇ ਮਹਾਰਾਜ 'ਤੇ ਪਏ ਤਾਂ ਆਪ ਜੀ ਨੇ ਉਸ ਨੂੰ ਇੱਕ ਤਮਾਚਾ ਮਾਰਨ ਲਈ ਕਿਹਾ। ਸੁਣਦੇ ਸਾਰ ਕਈਆਂ ਨੇ ਚਪੇੜਾਂ ਮਾਰੀਆਂ ਅਤੇ ਕੁਝ ਨੇ ਤਾਂ ਕੇਸਾਂ ਦੀ ਬੇਅਦਬੀ ਵੀ ਕੀਤੀ। ਗੁਰੂ ਮਹਾਰਾਜ ਨੇ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹਨਾਂ ਤਾਂ ਇੱਕ ਤਮਾਚਾ ਮਾਰਨ ਲਈ ਕਿਹਾ ਸੀ, ਤੁਸਾਂ ਹੱਥ ਹੀ ਚੁੱਕ ਲਏ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ, ਇਹ ਗੁਨਾਹ ਹੈ। ਫਿਰ ਹੁਕਮ ਕੀਤਾ ਕਿ ਇਸ ਸਿੱਖ ਨੂੰ ਹੁਣ ਕੋਈ ਆਪਣੀ ਕੰਨਿਆ ਵੀ ਦੇ ਦੇਵੇ। ਚਪੇੜਾਂ ਮਾਰਨ ਵਾਲੇ ਪਿੱਛੇ ਹਟ ਗਏ, ਪਰ ਕੰਧਾਰ ਦੇ ਇੱਕ ਸਿੱਖ ਭਾਈ ਅਜਬ ਸਿੰਘ ਨੇ ਆਪਣੀ ਲੜਕੀ ਖੁਸ਼ੀ ਨਾਲ ਭਾਈ ਜੀ ਦੇ ਲੜ ਲਗਾਈ। ਸੋ ਸਾਧ ਸੰਗਤ ਜੀ, ਅੱਜ ਦੀ ਸਾਖੀ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਅਗਲੀ ਸਾਖੀ ਇੱਥੋਂ ਹੀ ਸ਼ੁਰੂ ਕਰਾਂਗੇ। ਉਹ ਸਾਧ ਸੰਗਤ ਜੀ, ਜਿਸ ਜਿਸ ਵੀਰ ਭੈਣ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨ ਜੀ। ਸੋ ਜਲਦੀ ਹੀ ਅਗਲੀ ਸਾਖੀ ਲੈ ਕੇ ਹਾਜ਼ਰ ਹੁੰਦੇ ਹਾਂ। ਤਦ ਤੱਕ ਲਈ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।